ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸਾਵਣ ਵਧੀ 9ਵੀਂ 1713 ਬਿਕਰਮੀ ਸੰਮਤ ਭਾਵ 14 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੁੰਦਾ ਹੈ। ਗੁਰੂ ਮਹਾਰਾਜ ਜਿਸ ਸਮੇਂ ਪ੍ਰਗਟ ਹੋਏ ਭਾਰਤ ਵਰਸ਼ ਵਿੱਚ ਉਸ ਸਮੇਂ ਹਕੂਮਤ ਔਰੰਗਜ਼ੇਬ ਦੀ ਸੀ, ਜੋ ਇਸਲਾਮ ਜਗਤ ਨੂੰ ਪ੍ਰਫੁੱਲਤ ਕਰਨ ਦੇ ਲਈ ਹਿੰਦੂ ਵੀਰਾਂ ਨੂੰ ਤਸੀਹੇ ਦੇ ਕੇ, ਜ਼ੁਲਮੋ ਸਤਮ ਢਾ ਕੇ, ਲਾਲਚ ਦੇ ਕੇ ਕਲਮਾ ਪੜ੍ਹਾਉਂਦਾ ਸੀ। ਕਾਜ਼ੀਆਂ ਨੇ, ਮੁੱਲਾ ਨੇ ਇਹਦੇ ਕੰਨ ਗੁਰੂ ਘਰ ਦੇ ਖਿਲਾਫ਼ ਵੀ ਭਰੇ। ਗੁਰੂ ਨਾਨਕ ਦਾ ਘਰ ਕਹਿੰਦੇ ਬੜਾ ਅਜ਼ਮਤੀ ਹੈ, ਹਿੰਦੂ ਕੀ ਮੁਸਲਮਾਨ ਕੀ, ਉਸ ਘਰ ਅੰਦਰ ਸਜਦਾ ਕਰਦੇ ਨੇ, ਸਿਰ ਝੁਕਾਉਂਦੇ ਨੇ। ਆਏ ਔਰੰਗਜ਼ੇਬ, ਅਗਰ ਗੁਰੂ ਨਾਨਕ ਦਾ ਘਰ ਕਲਮਾ ਪੜ੍ਹ ਲਵੇ, ਇਸਲਾਮ ਕਬੂਲ ਕਰ ਲਵੇ, ਲੱਖਾਂ ਹੀ ਹਿੰਦੂ ਸਿੱਖ ਉਹਨਾਂ ਦੇ ਪਿੱਛੇ ਕਲਮਾ ਪੜ੍ਹ ਲੈਣਗੇ ਔਰ ਇਸਲਾਮ ਪ੍ਰਫੁੱਲਤ ਹੋਵੇਗਾ। ਸੋ ਕੰਨਾਂ ਦਾ ਕੱਚਾ ਔਰੰਗਜ਼ੇਬ, ਇਸਨੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਹੈ ਕਿ ਦਿੱਲੀ ਆ ਕੇ ਦਰਸ਼ਨ ਦਿਓ। ਔਰ ਗੁਰੂ ਮਹਾਰਾਜ ਨੇ ਇਹ ਬਚਨ ਕਿਹਾ ਸੀ, ਨਹਿ ਮਲੇਸ਼ ਕੋ ਦਰਸ਼ਨ ਦੈ ਹੈ, ਇਹ ਪਾਪ ਕਮਾਉਂਦਾ ਹੈ, ਜ਼ੁਲਮੋ ਸਤਮ ਢਾਉਂਦਾ ਹੈ, ਇਸ ਪਾਪੀ ਦੇ ਮੱਥੇ ਨਹੀਂ ਲੱਗਣਾ। ਫਿਰ ਰਹਿ ਕੀਤੀ ਗਈ, ਵਿਚਾਰ ਕੀਤੀ ਗਈ ਕਿ ਗੁਰੂ ਘਰ ਵੱਲੋਂ ਗੁਰੂ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਦੇ ਵੱਡੇ ਲਖਤੇ ਜਿਗਰ ਬਾਬਾ ਰਾਮ ਰਾਏ ਜੀ, ਜੋ ਮਾਤਾ ਰਾਮ ਕੌਰ ਦੀ ਜੀ ਕੁੱਖ 'ਚੋਂ ਪੈਦਾ ਹੋਏ ਸਨ, ਤਿੰਨਾਂ ਨੂੰ ਬਖਸ਼ਿਸ਼ਾਂ ਦੇ ਕੇ ਪਾਤਸ਼ਾਹ ਨੇ ਔਰੰਗਜ਼ੇਬ ਦੇ ਨਾਲ ਸਵਾਲ ਜਵਾਬ ਕਰਨ ਲਈ ਭੇਜਿਆ। ਬੇਅੰਤ ਕਰਾਮਾਤਾਂ ਔਰੰਗਜ਼ੇਬ ਦੇ ਕਹਿਣ 'ਤੇ ਬਾਬਾ ਰਾਮ ਰਾਏ ਜੀ ਨੇ ਦਿਖਾਈਆਂ ਔਰ ਉੱਥੇ ਇੱਕ ਮਹਾਨ ਅਜ਼ਮਤ ਵਿਖਾਈ ਗਈ, ਜਮਨਾ ਦੇ ਪਾਣੀ ਉੱਪਰ ਚੱਲ ਕੇ ਰਾਮ ਰਾਏ ਜੀ ਨੇ ਵਿਖਾਇਆ। ਇਹਦੇ 'ਤੇ ਅੱਜ ਕੱਲ੍ਹ ਬੜੇ ਤਰਕ ਕਰਦੇ ਨੇ, ਪਰ ਤੁਸੀਂ ਅੱਜ ਵੀ ਦੇਖੋ, ਯੂਟਿਊਬ 'ਤੇ ਸਰਚ ਕਰਕੇ ਦੇਖੋ, ਮਜੀਸ਼ੀਅਨ ਵਾਕਿੰਗ ਔਨ ਦਾ ਵਾਟਰ, ਇੱਦਾਂ ਕੁਛ ਟਾਈਪ ਕਰਕੇ ਵੇਖੋਗੇ, ਕਈ ਜਾਦੂਗਰ ਸਾਹਮਣੇ ਆਉਣਗੇ ਜੋ ਪਾਣੀ 'ਤੇ ਚੱਲ ਪੈਂਦੇ ਨੇ। ਬਾਣੀ ਦਾ ਵੀ ਫੁਰਮਾਨ ਹੈ, ਅਸ਼ਟ ਸਿੱਧ ਨਵਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ, ਇਹ ਰਿੱਧੀਆਂ ਸਿੱਧੀਆਂ ਦਾ 8 ਮਿਰੈਕੁਲਸ ਸਪਿਰਚੁਅਲ ਪਾਵਰਸ ਐਂਡ 9 ਟ੍ਰੇਅਰਸ ਆਰ ਕੰਟੇਨਡ ਇਨ ਦਾ ਨਾਮ, ਦੈਟ ਨੇਮ ਆਫ ਦਾ ਲੋਰਡ। ਰੱਬ ਦੇ ਨਾਮ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਆ ਜਾਂਦੀਆਂ ਨੇ। ਸੋ ਔਰੰਗਜ਼ੇਬ ਬੜਾ ਪ੍ਰਭਾਵਿਤ ਹੋਇਆ ਕਰਾਮਾਤਾਂ ਵੇਖ ਕੇ, ਬੜੀਆਂ ਜਗੀਰਾਂ ਦਿੱਤੀਆਂ, ਮਾਇਆ ਦਿੱਤੀ, ਪ੍ਰੇਮ ਕੀਤਾ ਬਾਬਾ ਰਾਮ ਰਾਏ ਜੀ ਦੇ ਨਾਲ। ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਕਿਆਂ ਦੀ ਵਡਿਆਈ ਵੇਖੀ, ਕਾਜ਼ੀ ਮੁੱਲਾ ਤਿਲਮਿਲਾ ਉੱਠੇ, ਈਰਖਾ ਵਿੱਚ ਆ ਕੇ ਔਰੰਗਜ਼ੇਬ ਨੂੰ ਕਹਿੰਦੇ, ਜੀ ਇੰਨਾ ਖੁਸ਼ ਨਾ ਹੋਵੋ ਇਹਨਾਂ 'ਤੇ, ਇਹਨਾਂ ਦੇ ਧਾਰਮਿਕ ਗ੍ਰੰਥ ਵਿੱਚ ਇਸਲਾਮ ਜਗਤ ਦੀ ਤੌਹੀਨ ਹੈ, ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਕੜ ਭਾਂਡੇ ਇੱਟਾ ਕੀਆ, ਜਲਦੀ ਕਰੇ ਪੁਕਾਰ, ਇੱਦਾਂ ਦੇ ਬੋਲ ਲਿਖੇ ਹੋਏ ਨੇ। ਇਹ ਦਾਅਵਾ ਕਰਦੇ ਨੇ ਗੁਰੂ ਨਾਨਕ ਦਾ ਘਰ ਕਿਸੇ ਧਰਮ ਨਾਲ, ਕਿਸੇ ਵਰਨ ਨਾਲ ਵਿਤਕਰਾ ਨਹੀਂ ਕਰਦਾ, ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ। ਇਹ ਫਿਰ ਇਸਲਾਮ ਜਗਤ ਬਾਬਤ ਇਹ ਕਿਉਂ ਕਿਹਾ ਗਿਆ ਹੈ? ਇਹ ਧਿਆਨ ਦਿਓ ਇਹਨਾਂ ਪੰਕਤੀਆਂ ਵੱਲ। ਅਸਲ ਵਿੱਚ ਇਸਲਾਮ ਜਗਤ ਦੀ ਇਹ ਮਨੌਤ ਹੈ ਵੀ ਇਹ ਖਿਆਲ ਕਰਦੇ ਨੇ, ਜਿਹੜਾ ਸਰੀਰ ਮਰਨ ਤੋਂ ਬਾਅਦ ਸਾੜਿਆ ਜਾਂਦਾ ਉਹ ਦੋਜਕ ਜਾਂਦਾ ਹੈ, ਅਤੇ ਜਿਹੜਾ ਕਬਰ ਵਿੱਚ ਪੈਂਦਾ ਹੈ ਉਹਨੂੰ ਨਜ਼ਾਤ ਹਾਸਲ ਹੁੰਦੀ ਹੈ। ਗੁਰੂ ਸਾਹਿਬ ਨੇ ਇਹਨਾਂ ਪੰਕਤੀਆਂ ਵਿੱਚ ਇਹ ਕਿਹਾ ਸੀ ਵੀ ਜੇ ਕਿਤੇ ਮੁਸਲਮਾਨ ਕੋਈ ਮਰ ਜਾਵੇ ਅਤੇ ਕਬਰ ਵਿੱਚ ਉਹਦਾ ਸਰੀਰ ਹੋਵੇ, ਉਸ ਕਬਰ ਦੀ ਮਿੱਟੀ ਘੁਮਿਆਰ ਦੇ ਵੱਸ ਪੈ ਜਾਵੇ। ਹੁਣ ਜਦੋਂ ਚੀਕੜੀ ਮਿੱਟੀ ਤੋਂ ਘੁਮਿਆਰ ਭਾਂਡੇ ਤਿਆਰ ਕਰੇਗਾ, ਉਸ ਮਿੱਟੀ ਤੋਂ ਭਾਂਡੇ ਘੜੇਗਾ, ਉਹ ਜਦੋਂ ਅੱਗ ਦੇ ਵਿੱਚ ਮਿੱਟੀ ਪਾਈ ਜਾਵੇਗੀ ਭਾਂਡਿਆਂ ਨੂੰ ਬਣਾਉਣ ਦੇ ਲਈ, ਉਹਦਾ ਇੱਕ ਆਕਾਰ ਬਣਾਉਣ ਦੇ ਲਈ, ਉਹ
चीकनी मिट्टी चो फिर पड़पड़ दी आवाज आउंदी है और इउं लगदा है जल्दी करे पुकार, जिवें पुकार पुकार के वो मिट्टी कह रही होवे भी मैनू छड़ा लवो। जल जल रोवै बपुड़ी चढ़ चढ़ पवै अंग्यार, उचों अंग्यार चढ़ चढ़ के पैंदे ने पड़पड़ दी आवाज आउंदी है। अखीर ते महाराज कहिंदे ने नानक जिन करतै कारण किया सो जाणै करतार। असल विच निजात जां दोजक इह किसनूं मिलेगा, ये करता जानदा है, ये कर्मां दे अनुसार है। जो चंगे करेगा निजात पावेगा, मंदे करेगा दोजक नरक विच पाया जावेगा। सो ये करता ही जानदा है जिसने ये फैसला करना है। ये नहीं भी किसी नूं साड़ दिओ ते नरकां नूं जांदा है, कबर विच दब दिओ ते स्वर्गां विच जांदा है। सो महाराज ने इत्थे एक सिक्ख्या दित्ती सी, होर इस्लाम धर्म के खिलाफ ये कुछ नहीं सी लिखिया, पर राम राय नूं मिलियां होईयां जगीरां, वो दिल्ली दरबार विच मिलिया सत्कार। उस माया दे अधीन राम राय दी मत ऐसी वजी, औरंगजेब दियां खुशियां ते मिल गईयां, पर खुद खुदा गुरु हर राय साहिब नूं नाराज कर बैठा। सिखां ने दस्या महाराज बाणी दी बेअदबी कीती है राम राय जी ने, कुछ अल्फाज बदल दते ने। महाराज ने वीर रस विच आके कहा सी, जिन पै अदबना बाणी धारा, सो सिख जानो नहीं हमारा। जेड़ा सिख बाणी दा अदब नहीं करदा वो साडा सिख नहीं है। राम राय नूं गुरु साहब कहिंदे कह दिओ जिधर नूं मूँह है चलिया जावे, साडे पास वापस ना आवे। इस तरह श्री गुरु हर राय साहब जी ने अपने छोटे लखते जिगर श्री गुरु हरकृष्ण साहब जी नूं गुरता दा तख्त बख्शिया, मलकीयत बख्शी तख्त दी। कत्तक वधी 9/17/1718 बिक्रमी नूं, भाव 8/16/1661 ईस्वी नूं, केवल 5 साल की उम्र विच श्री गुरु हरकृष्ण जी गुरु नानक दे तख्त दे वारस बने। हुण इत्थे कई तर्क कर दिंदे भी इस उम्र विच ते बच्चे नूं समझ नहीं है, उहदी जिहड़ी विचार है वह कोई बहुती सियाणप वाली नहीं हुंदी। ध्यान दिओ, सिख जगत अंदर चौंकड़े नाल, इबादत नाल, शुभ गुणा नाल, शुभ विचार दे नाल बजुर्गी समझी गई है, ना कि तौलियां दे नाल। हुण देखो महाराज ने बाणी विच ये नहीं लिखिया भी कोई 90 साल का बजुर्ग है उस तो पुछो रब किवें मिलदा है, कहिंदे नहीं, ये 5 साल दे बच्चे नूं भी समझ हो सकदी है जे परमात्मा की कृपा होवे। राम जपो जी ऐसे ऐसे ध्रुव, प्रहलाद जपियो हर जैसे। हुण 5 वर्यां दे ध्रुव जी छोटी उमरे प्रहलाद जी नूं ज़्यादा समझ है रब किवें खुश करना, जिहड़ी 90-95 वरे की उम्र विच औरंगजेब नूं समझ नहीं लगी। भाई नंद लाल भी कहिंदे ने इस तों पहलां कि तौले आ जाण, बंदगी करके सियाणपां बजुर्गी शुभ गुण हासिल कर लै। वो महापुरश कहिंदे ने गर बजुर्गी बाए दत्त कुन बंदगी, वरना आखर मी कशी शर्मंदगी। बस बजुर्गी हस्त अंदर याद ऊ, याद ऊ कुन याद ऊ कुन याद ऊ। परमात्मा नू याद कर लै, ये ना होवे किते उहदे दरबार विच जाके शर्मिंदगी तेरे पल्ले पवे, उहदे गीत गाया कर। सो इत्थे गुरु घर अंदर अध्यात्मक दुनिया अंदर उम्र दी गल नहीं है, ਇੱਥੇ ਧੌਲਿਆਂ ਨਾਲ ਬਜ਼ੁਰਗੀ ਨਹੀਂ ਬੰਦਗੀ ਨਾਲ ਬਜ਼ੁਰਗੀ ਹੈ। ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਅੰਦਰਲੀ ਅਡੋਲਤਾ, ਕੋਮਲਤਾ ਅਤੇ ਹੁਕਮ ਵਿੱਚ ਚੱਲਣ ਦੀ ਜੋ ਬਰਕਤ ਸੀ 7ਵੇਂ ਪਾਤਸ਼ਾਹ ਨੂੰ ਭਾਈ, ਸਭ ਤੋਂ ਵੱਡੀ ਬਾਤ ਗੁਰੂ ਘਰ ਅੰਦਰ ਪ੍ਰਵਾਨਗੀ ਹੁਕਮ ਮੰਨਣ ਵਾਲੇ ਨੂੰ ਹੈ। ਰਾਮ ਰਾਏ ਜੀ ਨੇ ਹੁਕਮ ਨਹੀਂ ਮੰਨਿਆ, ਕੁਝ ਹਾਸਲ ਨਹੀਂ ਕਰ ਸਕੇ। ਇੱਥੇ ਮਹਾਰਾਜ ਕਹਿੰਦੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹੜਾ ਹੁਕਮ ਮੰਨਦਾ ਹੈ ਉਸਨੂੰ ਹੀ ਸਭ ਕੁਝ ਹਾਸਲ ਹੁੰਦਾ ਹੈ, ਹੁਕਮ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ ਗੁਰੂ ਘਰ ਵਿੱਚ। ਹੁਣ ਸਮਾਂ ਆਇਆ, ਰਾਮ ਰਾਏ ਜੀ ਨੂੰ ਜਦੋਂ ਪਤਾ ਚੱਲਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਤਖ਼ਤ ਮਿਲ ਗਿਆ ਹੈ, ਤਿਲ ਮਿਲਾ ਉੱਠਿਆ, ਜਾ ਕੇ ਔਰੰਗਜ਼ੇਬ ਦੇ ਕੋਲ ਸ਼ਿਕਾਇਤ ਕਰਦੇ ਨੇ, ਮੇਥੋਂ ਮੇਰਾ ਹੱਕ ਖੋਲਿਆ, ਮੇਰੇ ਪਿਤਾ ਨੇ ਮੇਰੀ ਜਗ੍ਹਾ 'ਤੇ 5 ਵਰਿਆਂ ਦੇ ਭਾਈ ਨੂੰ ਤਖ਼ਤ 'ਤੇ ਬਿਠਾ ਦਿੱਤਾ ਜਿਸ ਨੂੰ ਕੋਈ ਦੁਨੀਆ ਦੀ ਸੂਝ ਬੂਝ ਨਹੀਂ ਹੈ।
ਉਹਨੂੰ ਦਿੱਲੀ ਦਰਬਾਰ ਸੱਦੋ, ਮੈਨੂੰ ਮੇਰਾ ਹੱਕ ਦਿਵਾਓ। ਔਰੰਗਜ਼ੇਬ ਬੜਾ ਚਾਲਬਾਜ਼ ਸੀ, ਉਹਨੇ ਸੋਚਿਆ ਵੀ ਗੁਰਤਾ ਗੱਦੀ ਮੇਰੇ ਨਾਲ ਸਹਿਮਤੀ ਰੱਖਣ ਵਾਲੇ ਰਾਮ ਰਾਏ ਨੂੰ ਮਿਲੇ ਤਾਂ ਪੰਜਾਬ ਵਿੱਚ ਇਸਲਾਮ ਦਾ ਹੋਰ ਬੋਲਬਾਲਾ ਹੋ ਸਕਦਾ ਹੈ। ਇਹ ਵੱਡਾ ਤਾਂ ਮੇਰੇ ਕਹਿਣੇ ਵਿੱਚ ਹੀ ਹੈ, ਛੋਟੇ ਨੂੰ ਵੀ ਸੱਦ ਲੈਂਦੇ ਹਾਂ ਜੇ ਪ੍ਰੇਮ ਨਾਲ ਮੰਨ ਜਾਵੇ, ਲਾਲਚ ਨਾਲ ਮੰਨ ਜਾਵੇ ਠੀਕ ਹੈ, ਨਹੀਂ ਤਾਂ ਡਰਾ ਧਮਕਾ ਕੇ ਅਧੀਨ ਕਰ ਲਵਾਂਗੇ। ਜੇ ਅਧੀਨਗੀ ਨਹੀਂ ਸਵੀਕਾਰ ਕਰਦਾ ਤਾਂ ਦੋਵਾਂ ਭਰਾਵਾਂ ਨੂੰ ਆਪਸ ਵਿੱਚ ਡਾਹ ਦੇਵਾਂਗੇ, ਮਰ ਮੁੱਕ ਜਾਣਗੇ, ਇਸਲਾਮ ਦੇ ਪ੍ਰਚਾਰ ਦਾ ਰਾਹ ਸਾਫ਼ ਹੋ ਜਾਵੇਗਾ। ਔਰ ਰਾਮ ਰਾਏ ਜੀ ਦੀ ਇਹ ਬੇਉਂਤ ਸੀ ਵੀ ਜੇ ਗੁਰੂ ਹਰ ਰਾਏ ਸਾਹਿਬ ਇਹ ਬਚਨ ਕਰਕੇ ਗਏ ਨੇ ਨਹਿ ਮਲੇਸ਼ ਕੋ ਦਰਸ਼ਨ ਦੈ ਹੈ, ਅਤੇ ਇਹਨਾਂ ਬਚਨਾਂ ਦੀ ਉਲੰਘਣਾ ਅਗਰ ਗੁਰਤਾ ਦਾ ਮਾਲਕ ਗੁਰੂ ਹਰਕ੍ਰਿਸ਼ਨ ਕਰੇਗਾ, ਦਿੱਲੀ ਆ ਕੇ ਔਰੰਗਜ਼ੇਬ ਨੂੰ ਮਿਲੇਗਾ, ਤਾਂ ਮੈਂ ਰੌਲਾ ਪਵਾ ਦੇਵਾਂਗਾ ਵੀ ਪਿਤਾ ਦੇ ਹੁਕਮ ਦੀ ਉਲੰਘਣਾ ਕੀਤੀ ਹੈ, ਸੰਗਤ ਮੇਰੇ ਪੱਖ ਵਿੱਚ ਹੋ ਜਾਵੇਗੀ। ਅਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਤੋਂ ਦਿੱਲੀ ਨਾ ਆਏ ਤਾਂ ਔਰੰਗਜ਼ੇਬ ਦੇ ਕੰਨ ਭਰਾਂਗਾ ਵੀ ਇਹ ਬਾਗੀ ਹੋ ਗਏ ਨੇ, ਇਹਨਾਂ ਨੂੰ ਸੱਦ ਕੇ ਸਜ਼ਾ ਦਿਓ। ਸੋ ਐਸੀ ਵਿਉਂਤ ਘੜੀ ਗਈ। ਔਰੰਗਜ਼ੇਬ ਜਾਣਦਾ ਸੀ ਵੀ ਆਪਣੇ ਪਿਤਾ ਦੀ ਨਿਆਈ ਗੁਰੂ ਹਰ ਰਾਏ ਸਾਹਿਬ ਮੇਰੇ ਕਹੇ ਅਨੁਸਾਰ ਨਹੀਂ ਚੱਲਣਗੇ, ਨਾ ਇੱਥੇ ਆਉਣਗੇ ਮੇਰੇ ਸੱਦਿਆਂ। ਗੁਰੂ ਘਰ ਦਾ ਸੇਵਕ ਰਾਜਾ ਜੈ ਸਿੰਘ, ਉਸਨੂੰ ਆਖਿਆ ਗਿਆ ਵੀ ਆਪਣੇ ਘਰ ਗੁਰੂ ਸਾਹਿਬ ਨੂੰ ਆਉਣ ਲਈ ਆਖੋ, ਸੱਦਾ ਭੇਜੋ, ਨਾਲੇ ਮੈਨੂੰ ਦਰਸ਼ਨ ਕਰਵਾਓ। ਖੈਰ ਰਾਜਾ ਜੈ ਸਿੰਘ ਨੇ ਬੇਨਤੀ ਪੱਤਰ ਲਿਖਿਆ, ਦਿੱਲੀ ਦੀ ਸੰਗਤ ਨੇ ਵੀ ਵਿਨੈ ਪੱਤਰ ਲਿਖਿਆ ਵੀ ਰਾਮ ਰਾਏ ਕਈ ਪ੍ਰਕਾਰ ਦੀਆਂ ਗੋਂਦਾਂ ਗੁੰਦ ਕੇ ਸਿੱਖਾਂ ਨੂੰ ਮਹਾਰਾਜ ਗੁੰਮਰਾਹ ਕਰਦਾ ਏ, ਆਪਣੇ ਨਾਲ ਜੋੜਦਾ ਹੈ, ਗੁਰੂ ਘਰ ਨਾਲੋਂ ਤੋੜਦਾ ਹੈ, ਤੁਸੀਂ ਇਹਦੇ ਪਖੰਡ ਦਾ ਭਾਂਡਾ ਦਿੱਲੀ ਆ ਕੇ ਭੰਨੋ, ਦਰਸ਼ਨ ਦਿਓ। ਅਹਿਲਕਾਰ ਰਾਜਾ ਜੈ ਸਿੰਘ ਦੇ ਸੁਨੇਹਾ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਨੇ, ਬੇਨਤੀ ਕੀਤੀ ਹੈ, ਪਰ ਮਹਾਰਾਜ ਨੇ ਇੱਕ ਗੱਲ ਕਹਿ ਦਿੱਤੀ ਵੀ ਸੰਗਤਾਂ ਨੂੰ ਦਰਸ਼ਨ ਦੇਵਾਂਗੇ ਪਰ ਉਸ ਮਲੇਸ਼ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ, ਸਾਨੂੰ ਕਿਸੇ ਦਾ ਭੈ ਨਹੀਂ। ਬਾਣੀ ਦਾ ਫੁਰਮਾਨ ਹੈ, ਸਤਿਗੁਰ ਮੇਰਾ ਬੇਮੁਹਤਾਜ, ਮਾਈ ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ, ਗੁਰੂ ਮੇਰਾ ਬੇਮੁਹਤਾਜ ਹੈ, ਕਿਸੇ ਦੇ ਅੱਗੇ ਦੀਨ ਨਹੀਂ ਹੁੰਦਾ, ਸਿਰ ਨਹੀਂ ਝੁਕਾਉਂਦਾ, ਉਹਨੂੰ ਕਿਸੇ ਦਾ ਡਰ ਨਹੀਂ। ਚੱਲ ਪਈਆਂ ਨੇ ਨਾਲ ਸੰਗਤਾਂ, ਪਰਿਵਾਰ ਨਾਲ ਚੱਲ ਪਿਆ ਹੈ। ਅੰਬਾਲੇ ਦੇ ਇਲਾਕੇ ਵਿੱਚ ਪੰਜੋਖਰੇ ਪਿੰਡ ਪਹੁੰਚੇ ਨੇ, ਇੱਕ ਬੜਾ ਹੰਕਾਰੀ ਬ੍ਰਾਹਮਣ ਲਾਲ ਚੰਦ ਸੀ, ਉਹ ਆ ਕੇ ਕਹਿੰਦਾ ਜੀ ਤੁਹਾਡੀ ਥੋੜ੍ਹੀ ਜਿਹੀ ਉਮਰ ਹੈ, ਨਾਮ ਤੁਸੀਂ ਸ਼੍ਰੀ ਕ੍ਰਿਸ਼ਨ ਨਾਲੋਂ ਵੀ ਵੱਡਾ ਰੱਖਿਆ ਹੈ, ਅੱਗੇ ਹਰ ਲਫ਼ਜ਼ ਲਾਇਆ ਹੈ, ਸ਼੍ਰੀ ਹਰ ਕ੍ਰਿਸ਼ਨ ਅਖਵਾਉਂਦੇ ਹੋ, ਕ੍ਰਿਸ਼ਨ ਜੀ ਨੇ ਤਾਂ ਦੁਨੀਆ ਨੂੰ ਉਪਦੇਸ਼ ਦਿੱਤਾ, ਗੀਤਾ ਉਚਾਰੀ ਹੈ, ਚਲੋ ਤੁਹਾਡੀ ਉਮਰ ਥੋੜ੍ਹੀ ਹੈ, ਤੁਸੀਂ ਰੱਬੀ ਗੀਤ 'ਤੇ ਕੀ ਉਚਾਰਨੇ ਨੇ ਉਹਦੇ ਅਰਥ ਕਰਕੇ ਹੀ ਸੁਣਾ ਦਿਓ। ਮਹਾਰਾਜ ਕਹਿੰਦੇ ਬ੍ਰਾਹਮਣ ਲਾਲ ਚੰਦ ਜੀ, ਜੇ ਮੈਂ ਅਰਥ ਕਰਕੇ ਸੁਣਾ ਦਿੱਤੇ ਤਾਂ ਤੁਸੀਂ ਕਹਿਣਾ ਹੈ ਗੁਰੂ ਕੇ ਲਾਲ ਨੇ ਕੋਈ ਚੰਗਾ ਉਸਤਾਦ ਰੱਖ ਕੇ ਵਿੱਦਿਆ ਸਿੱਖ ਲਵੀ ਹੋਵੇਗੀ। ਜਾਓ ਕੋਈ ਇਸ ਨਗਰ ਦੇ ਵਿੱਚੋਂ ਵੇਖ ਪਰਖ ਕੇ ਲੈ ਆਓ, ਉਹੀ ਤੁਹਾਡੇ ਅੱਗੇ ਬੈਠ ਕੇ ਅਰਥ ਕਰੇਗਾ, ਜਿਸ ਨੂੰ ਆਖੋਂਗੇ ਉਹਦੇ ਕੋਲੋਂ ਹੀ ਅਰਥ ਕਰਵਾ ਦੇਵਾਂਗੇ। ਹੰਕਾਰਿਆ ਬ੍ਰਾਹਮਣ ਛੱਜੂ ਝਿਊਰ ਨੂੰ ਲੈ ਆਇਆ, ਮਸਤਾਨਾ ਦੀਵਾਨਾ ਉਹ ਸੀ, ਔਰ ਇਤਿਹਾਸ ਵਿੱਚ ਜ਼ਿਕਰ ਹੈ ਉਹਦੇ ਗਲੂਏ ਮੁਬਾਰਕ ਵਿੱਚ ਤਾਕਤ ਨਹੀਂ ਸੀ, ਉਹ ਗੁੰਗਾ ਸੀ। ਸੋਚਿਆ ਵੀ ਇਹਦੇ ਕੋਲੋਂ ਮਹਾਰਾਜ ਕਿਵੇਂ ਅਰਥ ਕਰਵਾਉਣਗੇ, ਸਾਹਮਣੇ ਬਿਠਾ ਦਿੱਤਾ। ਮਹਾਰਾਜ ਨੇ ਹੱਥ ਵਿੱਚ ਛੋਟੀ ਜਿਹੀ ਛੜੀ ਫੜੀ ਸੀ, ਬਾਲਾ ਪ੍ਰੀਤਮ ਨੇ ਉਹਦੇ ਮਸਤਕ 'ਤੇ ਛੜੀ ਲਾਈ ਅਤੇ ਆਖਣ ਲੱਗੇ ਬ੍ਰਾਹਮਣ ਲਾਲ ਚੰਦ ਜੀ ਹੁਣ ਇਹਦੇ ਨਾਲ ਵਿਚਾਰ ਕਰ ਲਵੋ। ਲਾਲ ਚੰਦ ਜਿਹੜਾ ਵੀ ਸਵਾਲ ਕਰਦਾ ਹੈ ਉਹਦਾ ਜਵਾਬ ਛੱਜੂ ਝਿਊਰ ਦਿੰਦਾ ਹੈ, ਹੱਕਾ ਬੱਕਾ ਰਹਿ ਗਿਆ, ਉਂਗਲਾਂ 'ਤੇ ਦੰਦੀਆਂ ਵੱਢਦਾ ਹੈ ਵੀ ਗੁੰਗੇ ਦਾ ਗਲੂਆ ਕਿਵੇਂ ਚੱਲ ਪਿਆ। ਉਹ ਤਰਕ ਕਰਨ ਵਾਲੇ ਜਰਾ ਬਾਣੀ ਨੂੰ ਧਿਆਨ ਨਾਲ ਪੜ, ਗੁਰੂ ਸਾਹਿਬ ਕਹਿੰਦੇ ਨੇ ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ, ਦਾ ਗੁਰੂ ਦੈ ਡਿਵਾਈਨ ਗੁਰੂ ਇਜ਼ ਦਾ ਕ੍ਰੀਏਟਰ, ਗੁਰੂ ਕਰਤਾ ਹੈ, ਗੁਰੂ ਜੋ ਚਾਹੇ ਕਰ ਸਕਦਾ ਹੈ, ਗੁਰੂ ਕੁੱਲ ਕਾਇਨਾਤ ਦਾ ਮਾਲਕ ਹੈ, ਪਾਪ ਹਰਨ ਵਾਲਾ ਹੈ, ਪਾਪੀਆਂ ਨੂੰ ਪਵਿੱਤਰ ਕਰਦਾ ਹੈ।
ਉਹ ਜੋ ਚਾਹੇ ਕਰ ਸਕਦਾ ਹੈ। ਇੱਥੋਂ ਤੱਕ ਖਲ ਮੂਰਖ ਅਤੇ ਪੰਡਿਤ ਕਰਬੋ ਪੰਡਿਤ ਅਤੇ ਮੁਗਧਾਰੀ ਬੜੇ ਬੜੇ ਮੂਰਖਾਂ ਨੂੰ ਚਤੁਰਵਕਤਾ ਪੰਡਿਤ ਬਣਾ ਸਕਦਾ ਹੈ ਅਤੇ ਪੰਡਤਾਂ ਨੂੰ ਮੂਰਖ ਮੁਗਧਾਰੀ ਬਣਾ ਸਕਦਾ ਹੈ। ਐਸੀ ਗੁਰੂ ਦੀ ਅਜ਼ਮਤ ਹੈ, ਐਸੀ ਗੁਰੂ ਦੀ ਪਹੁੰਚ ਹੈ, ਐਸੀਆਂ ਬਰਕਤਾਂ ਨੇ ਗੁਰੂ ਦੇ ਵਿੱਚ। ਇੱਥੇ ਉਮਰ ਦੀ ਬਾਤ ਨਹੀਂ ਹੈ, ਅਜ਼ਮਤਾਂ ਨਾਲ ਭਰਪੂਰ ਗੁਰੂ ਨਾਨਕ ਦੀ ਜੋਤ ਗੁਰੂ ਹਰਕ੍ਰਿਸ਼ਨ ਵਿੱਚ ਸੁਭਾਏਮਾਨ ਹੈ। ਬ੍ਰਾਹਮਣ ਲਾਲ ਚੰਦ ਇਹ ਬਰਕਤ ਵੇਖ ਕੇ, ਅਜ਼ਮਤ ਵੇਖ ਕੇ ਗੁਰੂ ਕੇ ਚਰਨੀ ਡਿੱਗ ਪਿਆ। ਗੁਰੂ ਸਾਹਿਬ ਇਹਦੇ ਮਨ ਦੇ ਅਹੰਕਾਰ ਨੂੰ ਮਿਟਾ ਦਿੰਦੇ ਨੇ, ਗੁਰੂ ਕਾ ਇਹ ਸਿੱਖ ਬਣਿਆ। ਇਉਂ ਸੰਗਤਾਂ ਨੂੰ ਤਾਰਦੇ, ਹੰਕਾਰੀਆਂ ਦਾ ਹੰਕਾਰ ਦੂਰ ਕਰਦੇ, ਰੋਗੀਆਂ ਦੇ ਰੋਗ ਮਿਟਾਉਂਦੇ, ਸੋਗੀਆਂ ਦੇ ਸੋਗ ਮਿਟਾਉਂਦੇ, ਪੜਾਓ ਕਰਦੇ ਮਹਾਰਾਜ ਦਿੱਲੀ ਪਹੁੰਚੇ ਨੇ। ਰਾਜਾ ਜੈ ਸਿੰਘ ਨੇ ਆਪ ਜੀ ਦਾ ਉਤਾਰਾ ਰਾਏ ਸੀਨਾ ਵਿੱਚ ਆਪਣੇ ਬੰਗਲੇ ਵਿੱਚ ਕਰਵਾਇਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਹੈ। ਮਹਾਰਾਜ ਦੇ ਦਰਸ਼ਨਾਂ ਨੂੰ ਉੱਥੇ ਸੰਗਤਾਂ ਰੋਜ਼ ਆਉਂਦੀਆਂ ਨੇ। ਔਰੰਗਜ਼ੇਬ ਨੇ ਵੀ ਦਰਸ਼ਨਾਂ ਦੀ ਇੱਛਾ ਜ਼ਾਹਰ ਕੀਤੀ ਅਤੇ ਮਹਾਰਾਜ ਨੇ ਇਹਦੇ ਸ਼ਹਿਜ਼ਾਦੇ ਨੂੰ ਇਹ ਬਚਨ ਕਿਹਾ ਸੀ, ਜੋ ਗੁਰੂ ਸਾਹਿਬ ਨੂੰ ਔਰੰਗਜ਼ੇਬ ਦਾ ਲਖਤੇ ਜਿਗਰ ਦਿਲਬੰਦ ਮਿਲਣ ਆਇਆ ਸੀ। ਮਹਾਰਾਜ ਕਹਿੰਦੇ ਔਰੰਗਜ਼ੇਬ ਨੂੰ ਕਹਿ ਦਿਓ ਵੀ ਸਾਡਾ ਵੱਡਾ ਭਾਈ ਤੁਹਾਡੇ ਕੋਲ ਹੀ ਹੈ, ਤੁਹਾਡੇ ਨਾਲ ਸਹਿਮਤ ਨੇ ਰਾਮ ਰਾਏ ਜੀ, ਤੁਹਾਡੇ ਨਾਲ ਰਾਜਸੀ ਮਸਲਿਆਂ 'ਤੇ ਗੱਲਬਾਤ ਕਰਦੇ ਨੇ, ਔਰ ਸਾਨੂੰ ਪਿਤਾ ਜੀ ਦਾ ਹੁਕਮ ਹੈ ਵੀ ਤੁਸੀਂ ਸਤਿਨਾਮ ਦਾ ਉਪਦੇਸ਼ ਦੇ ਕੇ ਲੋਕਾਈ ਨੂੰ ਵਾਹਿਗੁਰੂ ਨਾਲ ਜੋੜਨਾ ਹੈ, ਅਸੀਂ ਉਹ ਕਰਮ ਕਰ ਰਹੇ ਹਾਂ ਬਾਦਸ਼ਾਹ, ਸਾਨੂੰ ਤੇਰੇ ਤਾਂ ਹੀ ਕੋਈ ਲੋੜ ਨਹੀਂ, ਗਰਜ਼ ਨਹੀਂ, ਤੈਨੂੰ ਮਿਲ ਕੇ ਅਸੀਂ ਕੀ ਲੈਣਾ ਹੈ। ਐਸੇ ਬਚਨ ਮਹਾਰਾਜ ਨੇ ਕਹੇ, ਸ਼ਹਿਜ਼ਾਦੇ ਨੂੰ ਆਤਮਕ ਉਪਦੇਸ਼ ਦੇ ਕੇ ਨਿਹਾਲ ਕੀਤਾ, ਪਰ ਰਾਮ ਰਾਏ ਜੀ ਦੇ ਗੁਰਤਾ ਗੱਦੀ 'ਤੇ ਕੀਤੇ ਜਾ ਰਹੇ ਦਾਅਵੇ ਬਾਬਤ ਸ਼ਹਿਜ਼ਾਦੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਮਹਾਰਾਜ ਉਹ ਕਹਿੰਦਾ ਗੁਰਤਾ ਦਾ ਮੈਂ ਮਾਲਕ ਹਾਂ। ਮਹਾਰਾਜ ਕਹਿੰਦੇ ਭਾਈ ਗੁਰਤਾ ਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਦੀ ਸ਼ੈ ਨਹੀਂ ਹੈ ਜਿਸ 'ਤੇ ਪੁੱਤਰਾਂ ਦਾ ਦਾਅਵਾ ਹੋਵੇ। ਵੱਡੇ ਛੋਟੇ ਪੁੱਤਰ ਦੀ ਬਾਤ ਤਾਂ ਛੱਡੋ, ਗੁਰੂ ਨਾਨਕ ਦੇ ਘਰ ਵਿੱਚ ਸੇਵਾ ਸਿਮਰਨ ਹੁਕਮ ਮੰਨਣ ਵਾਲੇ ਨੂੰ ਤਖ਼ਤ ਹਾਸਲ ਹੁੰਦਾ ਏ। ਗੁਰੂ ਨਾਨਕ ਸਾਹਿਬ ਨੇ ਆਪਣੇ ਸਪੁੱਤਰਾਂ ਦੀ ਜਗ੍ਹਾ 'ਤੇ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਅੰਗਦ ਸਾਹਿਬ ਨੇ ਆਪਣੇ ਸਪੁੱਤਰਾਂ ਦੀ ਜਗ੍ਹਾ 'ਤੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਘਰ ਵਿੱਚ ਹੁਕਮ ਮੰਨਣ ਵਾਲਾ ਪ੍ਰਵਾਨ ਹੈ, ਪਰ ਬਾਬਾ ਰਾਮ ਰਾਏ ਜੀ ਨੇ ਗੁਰੂ ਕੇ ਵਾਕ ਮਿੱਟੀ ਮੁਸਲਮਾਨ ਕੀ ਤੋਂ ਮਿੱਟੀ ਬੇਈਮਾਨ ਕੀ ਕਿਹਾ, ਗੁਰਬਾਣੀ ਨੂੰ ਬਦਲਿਆ, ਨਿਰਾਦਰੀ ਕੀਤੀ, ਸੋ ਪਿਤਾ ਜੀ ਨੇ ਇਹਨਾਂ ਨੂੰ ਤਿਆਗ ਕੇ ਗੁਰਤਾ ਗੱਦੀ ਦੀ ਸੇਵਾ ਸਾਨੂੰ ਸੌਂਪੀ ਹੈ। ਬਾਬਾ ਰਾਮ ਰਾਏ ਜੀ ਜੋ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਵਧੀਕੀ ਹੋਈ ਹੈ, ਬੇਇਨਸਾਫੀ ਹੋਈ ਹੈ, ਇਹਨਾਂ ਦੇ ਦਾਅਵੇ ਸਭ ਝੂਠੇ ਨੇ। ਸ਼ਹਿਜ਼ਾਦੇ ਨੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ, ਉਸਨੂੰ ਯਕੀਨ ਹੋ ਗਿਆ ਵੀ ਰਾਮ ਰਾਏ ਨਾਲ ਬੇਇਨਸਾਫੀ ਨਹੀਂ ਹੋਈ, ਉਹ ਝੂਠ ਬੋਲਦੇ ਨੇ। ਪਰ ਉਹ ਫਿਰ ਵੀ ਦੇਖਣਾ ਚਾਹੁੰਦਾ ਸੀ ਵੀ ਇਹ ਛੋਟੀ ਉਮਰ ਵਾਲੇ ਬਾਲਕ ਵਿੱਚ ਗੁਰੂ ਨਾਨਕ ਦੇ ਤਖ਼ਤ 'ਤੇ ਬੈਠਣ ਵਾਲੀ ਅਜ਼ਮਤ ਸਮਝ ਕਰਾਮਾਤ ਹੈ, ਇਸ ਦੀ ਪਰਖ ਹੋਣੀ ਚਾਹੀਦੀ ਹੈ। ਰਾਜਾ ਜੈ ਸਿੰਘ ਨੂੰ ਕਿਹਾ ਵੀ ਇਹਨਾਂ ਦੀ ਕਰਾਮਾਤੀ ਸ਼ਕਤੀ ਦੀ ਪਰਖ ਕਰੋ, ਪਤਾ ਚੱਲ ਜਾਵੇ ਵੀ ਇਹ ਗੁਰੂ ਨਾਨਕ ਦੇ ਤਖ਼ਤ 'ਤੇ ਬੈਠਣ ਦੇ ਯੋਗ ਵੀ ਨੇ। ਰਾਜਾ ਜੈ ਸਿੰਘ ਨੇ ਵੀ ਵਿਉਂਤ ਘੜੀ, ਮਹਾਰਾਜ ਨੂੰ ਬੇਨਤੀ ਕੀਤੀ, ਮੇਰੇ ਰਾਜ ਮਹਿਲ ਦੇ ਵਿੱਚ ਪ੍ਰਸ਼ਾਦਾ ਛਕੋ, ਪਰਿਵਾਰ ਦਰਸ਼ਨ ਕਰਨੇ ਚਾਹੁੰਦਾ ਹੈ। ਗੁਰੂ ਸਾਹਿਬ ਦਰਸ਼ਨ ਦੇਣ ਜਾਂਦੇ ਨੇ, ਰਾਜੇ ਦੀਆਂ ਇਸਤਰੀਆਂ, ਰਾਣੀਆਂ, ਪਟਰਾਣੀ, ਗੋਲੀਆਂ ਸਭ ਇੱਕ ਜੈਸੇ ਵਸਤਰ ਪਾ ਕੇ ਖਲੋਤੀਆਂ ਨੇ, ਅਤੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹਨਾਂ 'ਚੋਂ ਪਛਾਣ ਕਰੋ ਮੇਰੀ ਪਟਰਾਣੀ ਕੌਣ ਹੈ। ਬਾਲਾ ਪ੍ਰੀਤਮ ਜੀ ਦੇ ਹੱਥ ਵਿੱਚ ਛੜੀ ਹੈ, ਸੋਟੀ ਹੈ, ਹਰ ਇੱਕ ਵੱਲ ਵੇਖਦੇ ਨੇ, ਹਰੇਕ ਦੇ ਸਿਰ ਉੱਪਰ ਰੱਖਦੇ ਨੇ ਅਤੇ ਕਹਿੰਦੇ ਨੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਚੱਲਦੇ ਚੱਲਦੇ ਇੱਕ ਦੇ ਸਿਰ 'ਤੇ ਸੋਟੀ ਰੱਖ ਕੇ ਕਹਿੰਦੇ ਰਾਜਾ ਇਹ ਪਟਰਾਣੀ ਹੈ। ਰਾਜਾ ਹੈਰਾਨ ਰਹਿ ਗਿਆ, ਚਰਨਾਂ ਵਿੱਚ ਡਿੱਗ ਪਿਆ, ਸਮਝ ਲੱਗ ਗਈ ਵਿਣ ਬੋਲਿਆਂ ਸਭ ਕਿਸ ਜਾਣਦਾ, ਇਹ ਸਭ ਹਿਰਦੇ ਦੀਆਂ ਜਾਣਨ ਵਾਲਾ ਹੈ, ਨਾਲੇ ਬਾਣੀ ਦਾ ਫੁਰਮਾਨ ਇਹ ਵੀ ਹੈ, ਸਤਿਗੁਰ ਨੂੰ ਜਿਹਾ ਕੋ ਇਸ਼ਦਾ ਤੇਹਾ ਫਲ ਪਾਏ ਕੋਏ, ਜੋ ਕੁਝ ਵੀ ਗੁਰੂ ਪਾਸੋਂ ਮੰਗੀਏ ਮਿਲ ਜਾਂਦਾ ਹੈ। ਨਾਨਕ ਕਰਤਾ ਸਭ ਕਿਸ ਜਾਣਦਾ, ਜਿੱਦੋਂ ਕਿਸ ਗੁੱਝਾ ਨਾ ਹੋਏ, ਗੁਰੂ ਤੋਂ ਪਰਮੇਸ਼ਰ ਤੋਂ ਕੁਝ ਲੁਕਿਆ ਨਹੀਂ ਹੈ, ਉਹ ਅੰਦਰ ਦੀਆਂ ਬਾਤਾਂ ਨੂੰ ਜਾਣਦਾ ਹੈ।
चरणा विच डिग पए महाराज दे। गुरु साहब ने फिर उपदेश दिता सी भी गुरु की परख नहीं करी दी, गुरु तो उपदेश लैके जीवन सफला करीदा है। गुर की करनी काहे तावहो, नानक गुरमत साच समावहो, ऐसा उपदेश दिता। कई प्रकार दे नाल परखां कीतियां गईयां। बादशाह औरंगजेब नूं अखीर यकीन हो गया भी उम्र छोटी है पर बजुर्गी विच अंदर दी खेड गुरु नानक साहब वाली है। बाणी दा फुरमान है, सफल मूरत गुरदेव स्वामी सर्ब कला पर पूरे, नानक गुरपार ब्रह्म परमेसर सदा सदा हजूरे। ओ सफल मूरत है, ओ समूह कला दा अजमतां दा करामातां दा मालक है, सर्ब कला पर पूरे। ही गॉट ऑल द पावर्स, हर प्रकार दी करामात है गुरु दे कोल। खैर समा आया, दिल्ली दे शहर अंदर चेचक रोग, बड़ा भयंकर रोग उस समय जिन्हों अजकल स्मॉल पॉक्स कहिंदे हो, ये फैल गया। उस समय ये रोग ला इलाज सी, अजकल चाहे इहदा इलाज आ गया, उस समय इलाज नहीं सी। दुखां लदी घड़ी विच हजारां लोग मर रहे सन, दुखियारे गुरु साहब के दर्शनों लई उन्हां दे निवास स्थान आउंदे सन। हजूरी सेवादार गुरु साहब का चरणा अमृत इन्हां रोगियों नूं छकाउंदे सन, नाल वाहिगुरु का नाम जपाउंदे सन, ते रोगी ठीक हो रहे सन। बाणी दा फुरमान है, ये वादू दियां साखियां नहीं। गुर का दर्शन देख देख जीवा, गुर के चरण धोए धोए पीवा, गुरु दे चरणा नूं धो के पी लवां, गुरु दे दर्शना नूं वेख के जूयां करां। होवेगा की कहिंदे, गुर चरणी जाका मन लागै, दुख दर्द भ्रम तां का भागै। जेदा भी गुरु दे चरणा नाल मन लग जांदा है, उहदे मन दे दुख शरीर दे दर्द रोग सोग मिट जांदे ने। ऐसी अजमत है गुरु दे विच। भाई साहब भाई नंद लाल ने भी परशियन दे विच एक बचन कहा है, कहिंदे गुरु हर कृष्ण, गुरु हर कृष्ण आ हमां फजलो जूद, हकश अज हमां खास गां बरस तूद। ऐ गुरु हर कृष्ण, तू मेहरबानी अते कृपा दा पुंज है, रब दे सारे खास लोग साधु सत पुरश तेरी सिफतो सलाह करदे ने रब दे हुकम विच। तू अजमती है, बरकतां देण वाला है। समा आया, गुरु साहब नूं भी ये चेचक दा रोग पंज भूतक शरीर ताई लगा। सिखां ने बेनती की, महाराज रोग सोग दे हरता करता हो, कृपा करके इस अपने रोग की निवृत्ति भी कर लवो। महाराज आखन लगे, अकाल पुरख परमेशर ने लुकाई दे भले हित अपनी अगम्मी जोत नूं गुरु नानक साहब दे सरूप विच टिका के दुनिया ते भेजिया। जिवें बाणी दा फुरमान है, जोत रूप हराप गुरु नानक कहायो। अगम्मी जोत ने साढ़े समेत महाराज कहिंदे अठ जामे अज तक तारे ने। जिन्ना जिन्ना समा जिस जामे नूं गुरु परमेशर अकाल पुरख दा हुक्म सी, इस जामे ने अकाल पुरख दा नाम दुनिया ते लुकाई दे भले हित जपाया है। सो इस अठवें जामे विच जिन्नी साड़ी सेवा लगी सी, जिन्नी गुरु जोत ने सेवा इस जामे राही निभाउणी सी, ओह निभ गई है। हुण पंज भूतक शरीर त्याग के असी नौवां जामा बाबा बकाला विखे जा के धारना है। संगत वैराग विच सी, महाराज कहिंदे पाणे विच रहना है। इस तरह गुरु हरकृष्ण साहब जी ने अखीरले समय राजा जय सिंह दे बंगले विचों आसन चुकवा के जमुना दे कंढे ते डेरा कर लिया। अखीर पंज भूतक शरीर त्याग गए, अगमी जोत गुरु तेग बहादुर साहिब अंदर टिका दित्ती। बाणी दा फुरमान है, जोत ओह जुगत साई सह काया, फेर पलटी है काया ही बदली है। जोत ओही सी जो गुरु तेग बहादुर साहिब सच्चे पातशाह विच टिक गई, जो पहले अठ जामिया विच टिकी सी। महाराज दीन दुनिया दे मालक चेत्र सुदी चौदस 1721 बिक्रमी भाव 6 अप्रैल 1664 ईस्वी नूं दिल्ली जमुना नदी दे किनारे पंज भूतक शरीर त्याग गए, जिथे अजकल गुरद्वारा बाला साहिब बनिया है। तकरीबन 7 साल ते 8 महीने की उन्हां दी उम्र सी, 2 साल ते 5 महीने उन्हां ने गुरियाई कीती है। इस तरह सिखा बाला प्रीतम जी दूसरियां दे दुख अपने ते लै के मनुखता नूं सुख प्रदान करके रब्बी भाणे नूं खिड़े मथे प्रवान करदे हुए सचखंड चले गए। और यही कहा, जो तिस भावै नानका हुक्म सोई परवानो,
जो भी परमात्मा का हुक्म है उदे विच चलना चाहिदा है। गुरु महाराज दी लोकाई नू महान देण है, रोगां सोगां दे हरता सन ऐसे गुरु हरकृष्ण साहिब सच्चे पातशाह बाला प्रीतम जी उन्हां दे चरणां विच सिजदा है, उन्हां दे अगे सिर चुकदा है। गुरु गोबिंद सिंह महाराज ने चंडी दी वार विच उन्हां दी वडियाई विच इक बचन लिखिया, कहिंदे श्री हरकृष्ण त्याई जिस डिठै सब दुख जाए। गुरु हर कृष्ण विच ऐसी अजमत है, उहदी नज़र भी तुहाडे ते पै गई, उहदे दर्शन तुसीं कर ले, हर प्रकार दे शरीर दे रोग ते मन दे सोग मिट जांदे ने। जिवें बाणी दा फरमान है, कृपा कटाख अवलोकन कीनो दास का दुख बिदारियो, दुखां नूं बिदारन वाले गुरु हर कृष्ण ने, उहनां दे चरणां नाल जुड़िए, जीवन सफला करिए। वाहिगुरु जी का खालसा, वाहिगुरु जी की फतेह।